ਹਾਂ ਕਿਉਂ ਕਰਦੇ ਹੋਏ ਵਰਤ ਤੁਸੀਂ? ਗਲਤੀ ਹੋ ਗਈ ਹੈ, ਗਲਤੀ ਹੋ ਗਈ ਸਰ ਜੀ। ਕੌਣ ਕੌਣ ਨਾਲ ਹੈ ਤੇਰੇ? ਦੋਨੋਂ। ਇਹ ਲੜਕੀ ਵੀ ਨਾਲ ਹੈ ਤੇਰੇ? ਹਾਂ ਜੀ। ਇਹ ਵੀ ਨਾਲ ਕਰਦੀ ਹੈ ਤੁਹਾਡੇ? ਇਹ ਵੀ ਨਾਲ ਵਰਤ ਸ਼ਾਮਿਲ ਹੁੰਦੀ ਹੈ? ਨਹੀਂ, ਆਹੀ ਕੀਤੀ ਸੀਗੀ ਸਰ ਗਲਤੀ। ਹੈਂ? ਗਲਤੀ। ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਦੋ ਮੁੰਡੇ ਤੇ ਇੱਕ ਕੁੜੀ, ਇਹ ਲੁਟੇਰੇ ਨੇ। ਪਹਿਲਾਂ ਇਹਨਾਂ ਨੇ ਵਿਸਾਖੀ ਵਾਲੇ ਦਿਨ ਮਹਿਲਾਵਾਂ ਦੀਆਂ ਵਾਲੀਆਂ ਖੋਹੀਆਂ, ਫਿਰ ਮਾਤਾ ਨੈਣਾ ਦੇਵੀ ਦੇ ਨਜ਼ਦੀਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਸਮਾਣਾ ਦੇ ਪਿੰਡ ਤਲਵੰਡੀ ਮਲਕ ਦੇ ਵਿੱਚ ਵਿਸਾਖੀ ਵਾਲੇ ਦਿਨ ਤੜਕਸਾਰ ਇਹਨਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਮਹਿਲਾਵਾਂ ਗੁਰੂ ਘਰ ਮੱਥਾ ਟੇਕਣ ਜਾ ਰਹੀਆਂ ਸੀ ਤਾਂ ਉਹਨਾਂ ਦੀਆਂ ਵਾਲੀਆਂ ਖੋਹ ਲਈਆਂ ਸੀ, ਤਾਂ ਜਿਸ ਤੋਂ ਬਾਅਦ ਹਿਮਾਚਲ ਦੇ ਵਿੱਚ ਨੈਣਾ ਦੇਵੀ ਮੰਦਿਰ ਦੇ ਨਜ਼ਦੀਕ ਇਸ ਤਰ੍ਹਾਂ ਹੀ ਵਾਰਦਾਤ ਕੀਤੀ ਸੀ। ਇਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਵੀ ਇਸ ਤਰੀਕੇ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਸੀ। ਕੁਰਕਸ਼ੇਤਰ ਜੇਲ੍ਹ ਦੇ ਵਿੱਚ ਸਨ ਇਹ ਗੌਰਵਗਿਰੀ, ਅਜੇ ਕੁਮਾਰ, ਜਸਪ੍ਰੀਤ ਕੌਰ, ਇਹ ਲੜਕੀ ਹੈ ਜਿਨ੍ਹਾਂ ਦਾ ਵਿਆਹ ਹੋਇਆ। ਇਹ ਤਿੰਨੋਂ ਲੁੱਟ ਦੀਆਂ ਵਾਰਦਾਤਾਂ ਕਰਦੇ ਸੀ। ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਦੱਸ ਦਈਏ ਕਿ ਦੋ ਮੁੰਡੇ ਤੇ ਇੱਕ ਕੁੜੀ ਜੋ ਲੁੱਟ ਦੀਆਂ ਵਾਰਦਾਤਾਂ ਕਰਦੇ ਸੀ, ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਲਿਹਾਜ਼ਾ ਇਹਨਾਂ ਤੋਂ ਪੁੱਛ ਪੜਤਾਲ ਹੋਵੇਗੀ। ਇਹਨਾਂ ਨੇ ਜੀ ਦੇਖੋ ਵਿਸਾਖੀ ਵਾਲੇ ਦਿਹਾੜੇ ਵਾਲੇ ਦਿਨ ਨਾ ਜੀ ਸਵੇਰੇ 4:45 ਤੇ ਨੂੰਹ ਸੱਸ ਸਨ ਜੋ ਤਲਵੰਡੀ ਪਿੰਡ ਦੀਆਂ ਸਨ, ਅਤੇ ਨੂੰਹ ਸੱਸ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਸਨ। ਇਹਨਾਂ ਨੇ ਦੇਖ ਲਈਆਂ ਵੀ ਉਹ ਜਾ ਰਹੀਆਂ ਨੇ, ਜਦੋਂ ਲਾਈਟਾਂ ਪਈਆਂ ਇਹਨਾਂ ਨੇ ਕੰਨਾਂ 'ਚ ਉਹਨਾਂ ਦੇ ਦੇਖ ਲਏ ਟੌਪਸ 'ਤੇ ਵਾਲੀਆਂ, ਇਹ ਉੱਥੇ ਰੁਕ ਗਏ, ਗੇੜੇ ਕੱਢਦੇ ਰਹੇ। ਜਦੋਂ ਮੱਥਾ ਟੇਕ ਕੇ ਵਾਪਸ ਆਈਆਂ ਤਾਂ ਵਾਪਸ ਆ ਕੇ ਉਹਨਾਂ ਦੇ ਘਰ ਦੇ ਸਾਹਮਣੇ ਹੀ ਇਹਨਾਂ ਨੇ ਕਾਰ ਇੱਕਦਮ ਰੋਕੀ, ਉਹਨਾਂ ਦੇ ਕੋਲ ਰੋਕ ਕੇ ਉਹਨਾਂ ਦੀਆਂ ਵਾਲੀਆਂ ਅਤੇ ਟੌਪਸ ਨੂੰ ਸੱਸ ਦੇ ਖਿੱਚ ਕੇ ਫਰਾਰ ਹੋ ਗਏ। ਅੱਜ ਕਿੱਥੋਂ ਅੱਜ ਇਹਨਾਂ ਨੂੰ ਕੁਰਕਸ਼ੇਤਰ ਜੇਲ੍ਹ ਤੋਂ ਲੈ ਕੇ ਆਏ ਜੀ। ਉਸ ਤੋਂ ਬਾਅਦ ਇਹਨਾਂ ਨੇ ਜਾ ਕੇ ਇੱਕ ਵਾਰਦਾਤ ਨੈਣਾ ਦੇਵੀ ਕੀਤੀ, ਨੈਣਾ ਦੇਵੀ ਤੋਂ ਜਾ ਕੇ ਵਾਲੀਆਂ ਖੜੀਆਂ, ਉੱਥੇ ਉਹਨਾਂ ਨੈਣਾ ਦੇਵੀ ਵਾਲਿਆਂ ਨੇ ਇਹਨੂੰ ਅਰੈਸਟ ਕਰ ਲਿਆ। ਉਸ ਤੋਂ ਬਾਅਦ 'ਚ ਅਸੀਂ ਅੱਜ ਇਹਨਾਂ ਨੂੰ ਪ੍ਰੋਟੈਕਸ਼ਨ ਵਾਰੰਟ ਲੈ ਕੇ ਅੱਜ ਇਹਨਾਂ ਦਾ ਰਿਮਾਂਡ ਲਵਾਂਗੇ, ਅੱਜ ਮਾਨਯੋਗ ਅਦਾਲਤ ਪੇਸ਼ ਕਰਾਂਗੇ। ਹਾਂ, ਹਰਿਆਣੇ 'ਚ ਵਾਰਦਾਤ ਹੈਗੀ ਜੀ, ਉੱਥੇ ਤਾਂ ਹੀ ਬੰਦ। ਹਾਂ, ਤਾਂ ਹੀ ਉੱਥੇ ਕੁਰਕਸ਼ੇਤਰ ਬੰਦ ਸੀਗੇ ਜੀ। ਕਿਉਂ ਕਰਦੇ ਹੋਏ ਵਾਰਦਾਤ? ਗਲਤੀ ਹੋ ਗਈ, ਗਲਤੀ ਹੋ ਗਈ ਸਰ ਜੀ। ਕੌਣ ਕੌਣ ਨਾਲ ਤੇਰੇ? ਦੋਨੋਂ। ਇਹ ਲੜਕੀ ਵੀ ਨਾਲ ਤੇਰੇ? ਇਹ ਵੀ ਨਾਲ ਕਰਦੀ ਹੈ ਤੁਹਾਡੇ? ਇਹ ਵੀ ਨਾਲ ਵਾਰਦਾਤਾਂ ਸ਼ਾਮਿਲ ਹੁੰਦੀ ਹੈ? ਨਹੀਂ, ਆਹੀ ਕੀਤੀ ਸੀਗੀ ਸਰ ਗਲਤੀ। ਹੈਂ? ਗਲਤੀ। ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਦੋ ਮੁੰਡੇ ਤੇ ਇੱਕ ਕੁੜੀ, ਇਹ ਲੁਟੇਰੇ ਨੇ। ਪਹਿਲਾਂ ਇਹਨਾਂ ਨੇ ਵਿਸਾਖੀ ਵਾਲੇ ਦਿਨ ਮਹਿਲਾਵਾਂ ਦੀਆਂ ਵਾਲੀਆਂ ਖੋਹੀਆਂ, ਫਿਰ ਮਾਤਾ ਨੈਣਾ ਦੇਵੀ ਦੇ ਨਜ਼ਦੀਕ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਸਮਾਣਾ ਦੇ ਪਿੰਡ ਤਲਵੰਡੀ ਮਲਕ ਦੇ ਵਿੱਚ ਵਿਸਾਖੀ ਵਾਲੇ ਦਿਨ ਤੜਕਸਾਰ ਇਹਨਾਂ ਦੇ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਮਹਿਲਾਵਾਂ ਗੁਰੂ ਘਰ ਮੱਥਾ ਟੇਕਣ ਜਾ ਰਹੀਆਂ ਸੀ ਤਾਂ ਉਹਨਾਂ ਦੀਆਂ ਵਾਲੀਆਂ ਖੋਹ ਲਈਆਂ ਸੀ, ਤਾਂ ਜਿਸ ਤੋਂ ਬਾਅਦ ਹਿਮਾਚਲ ਦੇ ਵਿੱਚ ਨੈਣਾ ਦੇਵੀ ਮੰਦਿਰ ਦੇ ਨਜ਼ਦੀਕ ਇਸ ਤਰ੍ਹਾਂ ਹੀ ਵਾਰਦਾਤ ਕੀਤੀ ਸੀ। ਇਸ ਤੋਂ ਇਲਾਵਾ ਹਰਿਆਣਾ ਦੇ ਵਿੱਚ ਵੀ ਇਸ ਤਰੀਕੇ ਦੀਆਂ ਵਾਰਦਾਤਾਂ ਸਾਹਮਣੇ ਆਈਆਂ ਸੀ। ਕੁਰਕਸ਼ੇਤਰ ਜੇਲ੍ਹ ਦੇ ਵਿੱਚ ਸਨ ਇਹ ਗੌਰਵਗਿਰੀ, ਅਜੇ ਕੁਮਾਰ, ਜਸਪ੍ਰੀਤ ਕੌਰ, ਇਹ ਲੜਕੀ ਹੈ ਜਿਨ੍ਹਾਂ ਦਾ ਵਿਆਹ ਹੋਇਆ। ਇਹ ਤਿੰਨੋਂ ਲੁੱਟ ਦੀਆਂ ਵਾਰਦਾਤਾਂ ਕਰਦੇ ਸੀ। ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਤਾਂ ਦੱਸ ਦਈਏ ਕਿ ਦੋ ਮੁੰਡੇ ਅਤੇ ਇੱਕ ਕੁੜੀ ਜੋ ਲੁੱਟ ਦੀਆਂ ਵਾਰਦਾਤਾਂ ਕਰਦੇ ਸੀ, ਇਹਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਲਿਹਾਜ਼ਾ ਇਹਨਾਂ ਤੋਂ ਪੁੱਛ ਪੜਤਾਲ ਹੋਵੇਗੀ। ਇਹਨਾਂ ਨੇ ਜੀ ਦੇਖੋ ਵਿਸਾਖੀ ਵਾਲੇ ਦਿਹਾੜੇ ਵਾਲੇ ਦਿਨ ਨਾ ਜੀ ਸਵੇਰੇ 4:45 ਤੇ ਨੂੰਹ ਸੱਸ ਸਨ ਜੋ ਤਲਵੰਡੀ ਪਿੰਡ ਦੀਆਂ ਸਨ, ਅਤੇ ਨੂੰਹ ਸੱਸ ਨੂੰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਸਨ। ਇਹਨਾਂ ਨੇ ਦੇਖ ਲਈਆਂ ਵੀ ਉਹ ਜਾ ਰਹੀਆਂ ਨੇ, ਜਦੋਂ ਲਾਈਟਾਂ ਪਈਆਂ ਇਹਨਾਂ ਨੇ ਕੰਨਾਂ 'ਚ ਉਹਨਾਂ ਦੇ ਦੇਖ ਲਏ ਟੌਪਸ 'ਤੇ ਵਾਲੀਆਂ, ਇਹ ਉੱਥੇ ਰੁਕ ਗਏ, ਗੇੜੇ ਕੱਢਦੇ ਰਹੇ। ਜਦੋਂ ਮੱਥਾ ਟੇਕ ਕੇ ਵਾਪਸ ਆਈਆਂ ਤਾਂ ਵਾਪਸ ਆ ਕੇ ਉਹਨਾਂ ਦੇ ਘਰ ਦੇ ਸਾਹਮਣੇ
ਇਹਨਾਂ ਨੇ ਕਾਰ ਇੱਕਦਮ ਰੋਕੀ, ਉਹਨਾਂ ਦੇ ਕੋਲ ਰੋਕ ਕੇ ਉਹਨਾਂ ਦੀਆਂ ਵਾਲੀਆਂ ਅਤੇ ਟੋਪਸ ਨੂੰ ਸੱਸ ਦੇ ਖਿੱਚ ਕੇ ਫਰਾਰ ਹੋ ਗਏ। ਅੱਜ ਕਿੱਥੋਂ ਲਿਆ? ਅੱਜ ਇਹਨਾਂ ਨੂੰ ਕੁਰਕਸ਼ੇਤਰ ਜੇਲ੍ਹ ਤੋਂ ਲੈ ਕੇ ਆਏ ਜੀ। ਉਸ ਤੋਂ ਬਾਅਦ ਇਹਨਾਂ ਨੇ ਜਾ ਕੇ ਇੱਕ ਵਾਰਦਾਤ ਨੈਣਾ ਦੇਵੀ ਕੀਤੀ। ਨੈਣਾ ਦੇਵੀ ਤੋਂ ਜਾ ਕੇ ਵਾਲੀਆਂ ਖੜੀਆਂ, ਉੱਥੇ ਉਹਨਾਂ ਨੈਣਾ ਦੇਵੀ ਵਾਲਿਆਂ ਨੇ ਇਹਨੂੰ ਅਰੈਸਟ ਕਰ ਲਿਆ। ਉਸ ਤੋਂ ਬਾਅਦ 'ਚ ਅਸੀਂ ਅੱਜ ਇਹਨਾਂ ਨੂੰ ਪ੍ਰੋਟੈਕਸ਼ਨ ਵਾਰੰਟ ਲੈ ਕੇ ਅੱਜ ਇਹਨਾਂ ਦਾ ਰਿਮਾਂਡ ਲਵਾਂਗੇ, ਅੱਜ ਮਾਨਯੋਗ ਅਦਾਲਤ ਪੇਸ਼ ਕਰਾਂਗੇ। ਹਾਂ, ਹਰਿਆਣੇ 'ਚ ਵਾਰਦਾਤ ਹੈਗੀ, ਉੱਥੇ ਤਾਂ ਹੀ ਉੱਥੇ ਕੁਰਕਸ਼ੇਤਰ ਬੰਦ ਸੀਗੇ ਜੀ।